ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਹੈ ਪਿੰਡ ਚੰਬਾ ਖੁਰਦ, ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਦੋਸਤੋ ਸ਼੍ਰੀ ਤਰਨ ਤਾਰਨ ਸਾਹਿਬ ਲੱਗਦਾ। ਬਿਲਕੁਲ ਇੱਕ ਪਾਸੇ ਟੋਟੀਆਂ ਪਿੰਡ ਨਜ਼ਦੀਕ ਆ, ਟੋਟੀਆਂ ਪਿੰਡ ਆ, ਡੇਰਾ ਸਾਹਿਬ, ਜਾਮਾ ਰਾਏ, ਅਤੇ ਇਹ ਪਿੰਡ ਜਿਹੜੇ ਆ ਦੋਸਤੋ ਬਿਲਕੁਲ ਨਾਲ ਨਾਲ ਲੱਗਦੇ ਆ। ਫੇਲੋਕੇ ਪਿੰਡ ਜਿਹੜਾ ਬਿਲਕੁਲ ਨਾਲ ਆ ਜਾਂਦਾ ਕਿਸ਼ਨਗੜ੍ਹ, ਠੀਕ ਹੈ ਜੀ। ਅਤੇ ਨਸ਼ਹਿਰੇ ਪਨੂਆ ਤੋਂ ਕੋਈ 5 ਕਿਲੋਮੀਟਰ ਦੀ ਦੂਰੀ ਹੈਗੀ, 5-6 ਕਿਲੋਮੀਟਰ ਜਿਹੜੀ ਆ ਦੋਸਤੋ ਪਿੰਡ ਚੰਬੇ ਖੁਰਦ ਦੀ ਦੂਰੀ ਆ। ਵੀਰ ਜਤਿੰਦਰ ਦੇ ਕੋਲ ਆਏ ਹਾਂ ਦੋਸਤੋ, ਪਸ਼ੂ ਵਪਾਰ ਦਾ ਕੰਮ ਆ। ਇੱਕ ਵੀਡੀਓ ਦੋਸਤੋ ਇਸ ਘਰੋਂ ਆਪਾਂ ਅੱਜ ਤੋਂ ਕੁਝ ਕੁ ਦਿਨ ਪਹਿਲਾਂ ਪਾਈ ਸੀ, ਠੀਕ ਆ। ਉਹਦੇ ਵਿੱਚ ਵੀ ਆਪਾਂ ਤੁਹਾਨੂੰ 2 ਝੋਟੀਆਂ ਦਿਖਾਈਆਂ ਸੀ ਅਤੇ ਝੋਟੀਆਂ ਚੰਗੀਆਂ ਸੀ। ਰੇਟ ਪੜਤਾ ਜਿਹੜਾ ਦੋਸਤੋ ਝੋਟੀਆਂ ਦੇ ਪਸ਼ੂਆਂ ਦੇ ਹਿਸਾਬ ਨਾਲ ਕੀਤਾ ਜਾਂਦਾ, ਠੀਕ ਆ। ਬਾਕੀ ਜੋ ਥੱਲੇ ਮੌਜੂਦਾ ਦੁੱਧ ਹੋਊਗਾ ਉਹ ਬਿਲਕੁਲ ਤੁਹਾਨੂੰ ਕਲੀਅਰਲੀ ਦੱਸ ਦਿੱਤਾ ਜਾਊਗਾ। ਬਾਕੀ ਰੇਟ ਭਾਅ ਪੜਤਾ ਵੀ ਵੀਡੀਓ ਦੇ ਵਿੱਚ ਕਰ ਦਿਆਂਗੇ। ਅੱਗੋਂ ਜਿਹੜਾ ਵੀ ਪਸ਼ੂ ਐਨੀਮਲ ਜਿਹੜੇ ਕਿਸੇ ਕਿਸਾਨ ਵੀਰ ਨੂੰ, ਖਰੀਦਦਾਰ ਵੀਰ ਨੂੰ ਪਸੰਦ ਆਊਗਾ, ਆਪਣਾ ਹੱਕ ਸਮਝ ਕੇ ਤੁਸੀਂ ਵੀ ਚਵਾਈ 2 ਟਾਈਮ ਕਰ ਲਓ, 4 ਟਾਈਮ ਕਰ ਲਓ, ਉਹ ਤੁਹਾਡੀ ਰਿਸਪੋਂਸੀਬਿਲਟੀ ਆ, ਤੁਹਾਡਾ ਹੱਕ ਆ। ਜਿਵੇਂ ਵੀ ਤਸੱਲੀ ਹੋ ਸਕਦੀ ਹੈ ਉਸ ਤਰੀਕੇ ਨਾਲ ਤਸੱਲੀ ਆ ਤੁਸੀਂ ਕਰ ਸਕਦੇ ਜੀ, ਠੀਕ ਆ ਜੀ। ਸੋ ਬਿਲਕੁਲ ਨਾਲ ਲੱਗਦਾ ਪਿੰਡ ਟੋਟੀਆਂ ਹੈਗਾ, ਮਸ਼ਹੂਰ ਪਿੰਡ ਟੋਟੀਆਂ, ਅਤੇ ਖਾਸ ਵੀਡੀਓ ਤੁਸੀਂ ਪਿੰਡ ਚੰਬੇ ਖੁਰਦ ਕਰਨੀ ਆ। ਆਓ ਕਰਦੇ ਹਾਂ ਗੱਲ ਵੀਰ ਜਤਿੰਦਰ ਦੇ ਨਾਲ। ਅਤੇ ਅੱਜ ਦੋਸਤੋ 5 ਨਵੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਹਾਂ। ਟਾਈਮ ਕੋਈ ਮੋਰਨਿੰਗ ਦੇ 10:30-11 ਵਜੇ ਦਾ ਹੈਗਾ। ਸਭ ਤੋਂ ਪਹਿਲਾਂ ਵੀਰ ਜਤਿੰਦਰ ਸਿੰਘ, ਸਤਿ ਸ਼੍ਰੀ ਅਕਾਲ। ਵੀਰ ਜੀ ਠੀਕ ਠਾਕ? ਵੀਰ ਜੀ ਹਾਂਜੀ ਹਾਂਜੀ ਵਧੀਆ, ਤੁਸੀਂ ਸੁਣਾਓ ਜੀ? ਬਹੁਤ ਵਧੀਆ ਵੀਰੇ। ਅੱਛਾ ਜਤਿੰਦਰ ਵੀਰੇ, ਪਸ਼ੂ ਇਸੇ ਤਰ੍ਹਾਂ ਡੇਲੀ ਰੂਟੀਨ 'ਚ ਆਉਂਦੇ ਰਹਿੰਦੇ ਆ, ਨਵੇਂ ਪੁਰਾਣੇ? ਹਾਂਜੀ ਹਾਂਜੀ ਆਉਂਦੇ ਰਹਿੰਦੇ ਵੀਰ ਜੀ। ਠੀਕ ਆ ਜੀ। ਅੱਜ ਆਪਣੇ ਕੋਲ 2 ਮੱਝਾਂ ਯਾਨੀ ਕਿ ਬਿਲਕੁਲ ਤਾਜ਼ੀਆਂ ਸੂਈਆਂ ਨੇ। ਹਾਂਜੀ, 2 ਤਾਜ਼ੀਆਂ ਅਤੇ 1 ਗੱਭਣ ਜੀ ਵੀਰ ਜੀ। 1 ਹਫ਼ਤਾ ਕੁ ਲੈ ਜੂਗੀ। ਲਓ ਜੀ, 1 ਹਫ਼ਤਾ ਸਮਾਂ ਲੈ ਜੂਗੀ। ਪਹਿਲੇ ਨੰਬਰ ਤੋਂ ਆਪਾਂ ਦੋਸਤੋ ਦਿਖਾਈ ਤੁਹਾਨੂੰ ਦੇਵਾਂਗੇ ਜਿਹੜੀ ਬਿਲਕੁਲ ਗੱਭਣ ਆ, ਤਿਆਰ ਆ, ਠੀਕ ਆ। ਹਫ਼ਤਾ ਲੈਂਦੀ ਹੈ ਜੇ ਵੈਸੇ, ਉਹਦੇ ਤੋਂ ਹੀ ਆਪਾਂ ਸਟਾਰਟ ਕਰ ਲਾਂਗੇ। ਅਤੇ ਪਸ਼ੂ ਜਤਿੰਦਰ ਵੀਰੇ ਬਿਲਕੁਲ ਭਰੋਸੇਯੋਗਾ, ਕਿਸੇ ਵੀਰ ਨੇ ਆਨਲਾਈਨ ਵੀ ਸੌਦਾ ਕਰਨਾ ਹੁੰਦਾ। ਹਾਂਜੀ ਹਾਂਜੀ ਵੀਰ ਜੀ, ਚਲੋ ਆਪਣੀ ਤਾਂ ਇੱਕ ਪਹਿਲ ਹੁੰਦੀ ਵੀ ਇੱਥੇ ਆਣ ਕੇ ਤਸੱਲੀ ਕਰਕੇ ਲਵੋ, ਪਰ ਤਸੱਲੀ ਕਰਕੇ ਵੀਰ ਜੀ ਖੜਨ, ਉਹ ਸਾਰਿਆਂ ਵਧੀਆ ਗੱਲ ਹੈ ਜੀ। ਹਾਂਜੀ ਹਾਂਜੀ, ਅਤੇ ਆ ਜਾਓ ਜੀ, ਨਾਲ ਦੀ ਨਾਲ ਆਪਾਂ ਸ਼ੁਰੂਆਤ ਕਰ ਲੈਂਦੇ ਹਾਂ। ਸੋ ਪਹਿਲੇ ਨੰਬਰ ਤੋਂ ਦੋਸਤੋ ਇੱਕ ਜਿਹੜੀ ਆਹ ਤੁਹਾਨੂੰ ਮੱਝ ਦਿਖਾਉਂਦੇ ਹਾਂ, ਇਹ ਸੂਆ ਵੀਰ ਕਿਨਵਾਂ ਸੁਣ ਜਾ ਰਹੀ ਹੈ? ਇਹ ਵੀਰ ਜੀ ਘਰ ਵਾਲੇ ਤਾਂ ਦੂਜੇ ਹੀ ਆਉਂਦੇ, ਚਲੋ ਆਪਣੇ ਸਮਝਣਾ ਤੀਜਾ ਹੋਊਗਾ ਜੀ। ਤੀਜਾ ਜੀ? ਹਾਂਜੀ, ਬਾਕੀ ਆਪੋ ਆਪਣੀ ਸਮਝੀਏ। ਲਓ ਜੀ, ਸੋ ਤੀਜਾ ਸੂਆ ਦੋਸਤੋ ਮੰਨ ਕੇ ਕੋਈ ਵੀਰ ਤੁਸੀਂ ਸੌਦਾ ਕਰ ਸਕਦਾ। ਬਾਕੀ ਆਰਡਰ ਕੁਆਲਿਟੀ ਕਾਫੀ ਸੋਹਣੀ ਆ, ਮੱਝ ਆਪ ਵੀ ਚੰਗੀ ਵੱਡੀ ਆ, ਹਾਈਟ ਕੱਦ ਸੋਹਣਾ, ਠੀਕ ਆ ਜੀ। ਫੇਸ ਕੁਆਲਿਟੀ ਚੰਗੀ ਆ, ਸਿੰਗਾਂ ਦੀ ਬਣਤਰ, ਮੂੰਹ ਮੱਥਾ, ਪੂਰਾ ਬਾਡੀ ਬਣਤਰ ਆ, ਵੇਖ ਕੇ ਚੈੱਕ ਕਰੋ, ਠੀਕ ਆ। ਹਾਈਟ ਮੀਡੀਅਮ ਕੋਈ ਵੀਰ ਮੰਨ ਲਏ, ਕੋਈ ਮੀਡੀਅਮ ਤਾਂ ਥੋੜ੍ਹੀ ਬਾਤੀ ਪਲੱਸ ਮੰਨ ਲਏ, ਠੀਕ ਆ। ਵੱਡੀਆਂ ਮੱਝਾਂ ਦੇ ਵਿੱਚ ਗਿਣਤੀ ਇਹਦੀ ਹੁੰਦੀ ਆ, ਚੌੜੇ ਪਿੱਠ ਪੁੜੇ ਦੀ ਆ, ਥਣ ਭਾਂਡਾ ਕਾਫੀ ਸੋਹਣਾ, ਠੀਕ ਆ। ਆਹ ਦੇਖੋ ਜ਼ਰਾ, ਸੋ ਨਖੇੜ ਵੀ ਆਪਸੀ ਥਾਣਾ ਦਾ ਘੱਟੋ ਘੱਟ ਵੀ 4-4, 5-5 ਇੰਚ 'ਤੇ ਥਾਣਾ, ਮੁੱਠੀ ਥਾਣਾ, ਲੇਵੇ ਦੀ ਕੁਆਲਿਟੀ ਚੰਗੀ ਆ, ਬਟਨਾਂ ਵਾਲਾ ਲੇਵਾ, ਠੀਕ ਆ, ਚੌੜੇ ਪਿੱਠ ਪੁੜੇ ਦੀ, ਬਿਲਕੁਲ ਪਤਲੇ ਪਿੰਡੇ ਦੀ ਸੂਆ ਵੀਰ ਜੀ। ਤੀਜਾ ਹੀ ਮੰਨ ਕੇ ਕੋਈ? ਹਾਂਜੀ, ਤੀਜਾ ਹੀ ਵੀਰ ਜੀ। ਠੀਕ ਆ, ਅਤੇ ਕਿੰਨਾ ਵੀਰ ਜੀ ਤਿੰਦਰ ਮੁੱਲ ਕੀ ਰਹੂਗਾ ਇਹਦਾ ਗੱਬਣ ਦਾ? ਮੁੱਲ ਵੀਰ ਜੀ ਭਾਵੇਂ ਜਿੰਨਾ ਮਰਜ਼ੀ ਕਰੀ ਜਾਈਏ, 95 ਚੋਂ ਵੀਰ ਜੀ ਮਾਨਤਾ ਨਹੀਂ ਹੋਣਾ ਜੀ। 95 ਚੋਂ? ਹਾਂਜੀ, ਠੀਕ ਆ ਜੀ। ਬਾਕੀ ਛੋੜ ਛਾਪਾ ਕਰ ਦਾਂਗੇ, ਦੂਰੋਂ ਆਏ ਦਾ ਕੋਈ ਖੁੱਲ੍ਹਾ ਕਰ ਦਾਂਗੇ, ਠੀਕ ਆ ਜੀ। ਹਾਂਜੀ, ਲਓ ਜੀ, 95,000 ਤੋਂ ਵਿੱਚੋਂ ਦੋਸਤੋ 95,000 ਦੇ ਵਿੱਚੋਂ ਛੋੜ ਛਾਪਾ ਮਾਨਤਨ ਹੋ ਜੂਗਾ। ਅਤੇ ਕੋਈ ਕੋਈ ਤਸੱਲੀ ਦਿੱਤੀ ਗਈ ਹੋਵੇ ਮਗਰਲੇ ਘਰੋਂ, ਕੁਛ ਨਾ ਕੁਛ ਸਹੀ ਦੱਸਿਆ ਗਿਆ ਹੋਵੇ ਕੀ ਰਿਕਾਰਡ ਪਿਛਲੇ ਸੂਬੇ ਕੋਲ? ਉਹਦੇ ਵੀਰ ਜੀ 15 ਕਿਲੋਆਂ ਦੇ ਦੁੱਧ ਚੋਂਦੇ ਰਹੇ ਦੂਜੇ ਸੂਬੇ ਦਾ। ਅੱਛਾ ਜੀ, ਬਾਕੀ ਆਪਣੀ ਸੇਵਾ 'ਤੇ ਆ ਜੀ, ਠੀਕ ਆ। ਬਾਕੀ ਜਿੱਡੀ ਮੱਝ ਆ 12-13 ਕਿਲੋ ਦੇ ਆਰਾਮ ਨਾਲ ਦੇਈ ਜਾਊਗੀ। ਬਿਲਕੁਲ ਜੀ, ਬਿਲਕੁਲ। ਹਾਂਜੀ, ਸੋ ਬਾਕੀ ਜਿਹੋ ਜਿਹਾ ਦੋਸਤੋ ਥਣ ਭਾਂਡਾ
ਉਮੀਦ ਆਪਾਂ ਕਰ ਸਕਦੇ ਹਾਂ ਵੀ ਚਲੋ ਸੋਹਣਾ ਦੁੱਧ ਚਵਾ ਦੂਗੀ। ਵੈਸੇ 5-7 ਦਿਨ ਕੱਢ ਜੂ ਅਜੇ? ਹਾਂਜੀ ਹਫ਼ਤਾ ਕੱਢ ਜੂਗੀ, ਹਫ਼ਤਾ ਕੱਢ ਜੂਗੀ ਅਜੇ ਸਮਾਂ। ਠੀਕ ਆ ਜੀ, ਬਾਕੀ ਤਿੱਪਣ ਤਾਂ ਆਪਣਾ ਉਂਗਲ ਜਿੱਡੀ ਮੋਟੀ ਧਾਰ ਜੇ ਦੀ ਵੀਰ ਜੀ। ਠੀਕ ਆ ਜੀ, ਹਾਂਜੀ ਤੇ 95 'ਚੋਂ ਛੋਟ ਛਾਪਾ ਜੀ। ਹਾਂਜੀ ਹਾਂਜੀ, ਠੀਕ ਆ ਜਤਿੰਦਰ ਵੀਰ। ਹਾਂਜੀ, ਇਸ ਤੋਂ ਬਾਅਦ ਅਗਲੀ ਆਪਣੇ ਕੋਲ ਆਹ ਝੋਟੀ ਆ ਜੀ। ਹਾਂਜੀ ਵੀਰ ਜੀ, ਇਹ ਝੋਟੀ ਮੈਨੂੰ ਬਿਲਕੁਲ ਲੱਗਦੀ ਨਵੀਂ ਝੋਟੀ ਹੈ, ਬਿਲਕੁਲ ਚੌਗੀ ਆ ਵੀਰ ਜੀ। ਮੂੰਹੋਂ 4 ਦੰਦ। ਹਾਂਜੀ ਲਓ ਜੀ, ਮੂੰਹੋਂ 4 ਦੰਦ ਦੋਸਤੋ ਝੋਟੀ ਆ, ਬਿਲਕੁਲ ਕੁੰਡੀ ਆ, ਸਿੰਘ ਸੁੰਘ ਦੀ ਬਣਤਰ ਵੇਖੋ, ਰਿੰਗ ਸਿੰਘ ਆ, ਬਿਲਕੁਲ ਛੋਟਾ ਜਿਹਾ ਪਤਲਾ ਜਿਹਾ ਫੇਸ ਆ, ਥਣ ਥੁਣ ਲੇਪਾ ਤੁਹਾਨੂੰ ਇੱਕ ਵਾਰੀ ਜ਼ਰੂਰ ਦਿਖਾਉਣੇ ਆ। ਅੱਛਾ ਜਤਿੰਦਰ ਵੀਰ, ਇਹ ਸੂਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਇਹਨੂੰ ਵੀਰ ਜੀ? ਅੱਜ 6ਵਾਂ ਦਿਨ ਜੇ। 6ਵਾਂ ਦਿਨ? ਹਾਂਜੀ ਠੀਕ ਆ ਜੀ, 6ਵਾਂ ਦਿਨ ਆ। ਬੱਚਾ ਮਗਰੇ 'ਤੇ ਕੀ ਆ ਗਿਆ? ਮੇਲ ਆ ਵੀਰ ਜੀ, ਮੇਲ ਕਾਫ ਆ। ਹਾਂਜੀ, ਸੋ ਹਵਾਨਾ ਦੋਸਤੋ ਕਾਫੀ ਸੋਹਣਾ, ਆਰਡਰ ਕੁਆਲਿਟੀ ਵੇਖੋ, ਥਣ ਥੁਣ ਵੇਖੋ, ਪਹਿਲਾਂ ਝੋਟੀ ਆ, ਮੁੱਠੀ ਥਣ ਆ, ਗਿਰਲ ਬੁਰਲ ਜਿਹੜੀ ਆ ਆਪਸੀ ਥਣਾਂ ਦੀ ਘੱਟੋ ਘੱਟ ਵੀ ਸੱਜੀ ਖੱਬੀ ਬਹਿਣ ਦੀ ਗੱਲ ਕਰ ਲਈਏ ਤੇ ਗੇਠਾਂ ਦੀਆਂ ਗੇਠ ਵੱਜਦੀ ਆ, ਅਗਲੇ ਪਿਛਲੇ ਥਣ ਘੱਟੋ ਘੱਟ 3-3, 4-4 ਇੰਚ 'ਤੇ ਆ, ਅਤੇ ਹਵਾਨੇ 'ਤੇ ਨਾੜਾਂ ਨੂੜਾਂ ਕਾਫੀ ਸੋਹਣੀਆਂ, ਬਰੀਕ ਬਰੀਕ ਬੇਨ ਜਿਹੜੀਆਂ ਉੱਭਰੀਆਂ ਹੋਈਆਂ ਨਜ਼ਰ ਆ ਜਾਣਗੀਆਂ ਤੁਹਾਨੂੰ, ਅਤੇ ਝੋਟੀ ਬਹੁਤ ਸੋਹਣੀ ਆ, ਨਵੀਂ ਝੋਟੀ, ਅਤੇ ਬਿਲਕੁਲ ਸ਼ਕੀਨੀ ਵਾਲੇ ਪਾਸਿਓਂ ਵੀ ਪੂਰੀ ਬੰਬ ਘਾਟ ਆ। ਠੀਕ ਆ ਜੀ, ਆਹ ਵੇਖੋ ਜੀ ਬਟਨਾਂ ਵਾਲਾ ਲੇਵਾ, ਅਤੇ ਵਿਰਲ ਵਿਰਲ ਵੇਖੋ ਸੱਜੇ ਖੱਬੇ ਪਾਸੇ ਜਿਹੜੀ ਦੋਸਤੋ ਬਹਿਣੀ, ਉਲਟ ਬਹਿਣੀ, ਸੱਜੀ ਬਹਿਣੀ ਵਾਲੇ ਪਾਸਿਓਂ ਵੇਖ ਲਓ ਤੁਸੀਂ, ਵਿਰਲ ਬਹੁਤ ਸੋਹਣੀ ਆ। ਠੀਕ ਆ ਜੀ, ਗਿੱਠ ਗਿੱਠ ਜਿਹੜੀ ਵਿਰਲ ਆ, ਅਤੇ ਹੁਣ ਜਤਿੰਦਰ ਵੀਰ ਸੂਈ ਨੂੰ 6 ਦਿਨ ਹੋ ਗਏ, 5-6 ਦਿਨ? ਹਾਂਜੀ ਹਾਂਜੀ ਵੀਰ ਜੀ। ਅਤੇ ਕਿੰਨਾ ਕੁ ਦੁੱਧ ਹਾਜ਼ਰ ਆ ਜਿਹੜਾ ਹੁਣ? ਦੁੱਧ ਵੀਰ ਜੀ ਦੱਸਣ ਨੂੰ ਭਾਵੇਂ ਜਿੰਨਾ ਮਰਜ਼ੀ ਦੱਸੀ ਜਾਈਏ, 8 ਕਿਲੋ ਇਸ ਟਾਈਮ ਪੱਕਾ ਦੁੱਧ ਜੇ। 8 ਕਿਲੋ? ਹਾਂਜੀ ਭਾਵੇਂ ਦਿਨ ਆਪਾਂ। ਹਾਂਜੀ ਹਾਂਜੀ ਠੀਕ ਆ ਜੀ, ਹਾਂਜੀ ਠੀਕ ਆ ਜੀ, ਬਾਕੀ ਜਿੰਨਾ ਮਰਜ਼ੀ ਦੱਸੀ ਜਾਈਏ ਆਪਾਂ, ਦੁੱਧ 8 ਕਿਲੋ ਜਿਹੜਾ ਪੱਕਾ ਜੀ। ਠੀਕ ਆ ਜੀ, ਹਾਂਜੀ ਲਓ ਵੀ ਦੋਸਤੋ 8 ਕਿਲੋ ਦੁੱਧ ਬਿਲਕੁਲ ਇਹਦੇ ਥੱਲੇ ਹਾਜ਼ਰ ਆ। ਸੋ ਝੋਟੀ ਖੋਲ੍ਹ ਕੇ ਆਪਾਂ ਤੁਹਾਨੂੰ ਤਸੱਲੀ ਨਾਲ ਬਾਹਰ ਤੋੜ ਕੇ ਦਿਖਾਉਂਦੇ ਹਾਂ। ਠੀਕ ਆ, ਸੋ ਨਵੀਂ ਝੋਟੀ ਆ, ਪਹਿਲਾਂ ਝੋਟੀ ਸੂਈ ਆ, ਮੂੰਹੋਂ ਚੌਕੀ ਆ, 4 ਦੰਦ ਆ। ਠੀਕ ਆ, ਅਤੇ ਆਰਡਰ ਉਡਰ ਕੁਆਲਿਟੀ ਕਾਫੀ ਸੋਹਣੀ ਦਿਖਾਉਣੀ ਆ। 8 ਕਿਲੋ ਹੁਣ ਕੋਈ ਵੀਰ ਕੱਚਾ ਬੋਲਾ ਮੰਨ ਲਏ, ਬੋਲੇ ਤੋਂ ਕਿਉਂਕਿ 5-6 ਕੁ ਦਿਨ ਦਾ ਘੱਟੋ ਘੱਟ ਹੋਏਗਾ, ਕੋਈ ਦੁੱਧ ਤਾਂ ਆਈ ਸਮਝ ਸਕਦਾ, 8-9-8 ਦੇ ਦਰਮਿਆਨ ਚੱਲਦੀ ਪਈ ਹੈ। ਆਹ ਲਓ ਜੀ, ਸੋ ਕਾਫੀ ਸੋਹਣੀ ਚੰਗੀ ਸ਼ੌਕੀਨ ਝੋਟੀ ਆ ਦੋਸਤੋ, ਸਿੰਗੀ ਸੁੰਗੀ ਬਹੁਤ ਜ਼ਿਆਦਾ ਪਿਆਰੀ। ਆਹ ਦੇਖੋ, ਠੀਕ ਆ, ਸੋ ਵਿਰਲ ਕਾਫੀ ਸੋਹਣੀ ਆ, ਕਮਾਲ ਦੀ ਵਿਰਲ ਆ, ਅਤੇ ਝੋਟੀ ਕੱਦ ਕਾਠ ਦੀ ਵੀ ਪੂਰੀ ਉੱਚੀ ਆ। ਠੀਕ ਆ ਜੀ, ਹਾਈਟ ਸੋਹਣੀ ਆ, ਕੋਈ ਛੋਟੀ ਜਿਹੀ ਹਾਈਟ ਨਹੀਂ ਗੀ, ਮੀਡੀਅਮ ਜੀ ਨਹੀਂ ਗੀ, ਮੀਡੀਅਮ ਤੋਂ ਪਲੱਸ ਹਾਈਟ ਆ, ਨਵੀਂ ਅਜੇ ਝੋਟੀ ਆ, ਬਿਲਕੁਲ ਜਵਾਨ ਹੁੰਦੇ ਤੱਕ ਜਿਹੜਾ ਵਧਣਾ ਫੁੱਲਣਾ ਜੇ ਝੋਟੀ ਨੇ ਆਉਣ ਵਾਲੇ ਸਮੇਂ 'ਚ। ਬੱਚਾ ਇਹੋ ਜਿਹਾ ਮਗਰ? ਹਾਂਜੀ ਹਾਂਜੀ, ਆ ਇਹ ਮਗਰ ਕੱਟਾ ਆ ਗਿਆ। ਠੀਕ ਆ, ਸੋ ਬਿਲਕੁਲ ਬਲੈਕ ਰੰਗ ਦੇ ਵਿੱਚ ਇਹ ਮਗਰ ਮੇਲ ਕਾਫ। ਅੱਛਾ ਜਤਿੰਦਰ ਵੀਰੇ, ਕਿੰਨਾ ਕੁ ਮੁੱਲ ਇਸ ਝੋਟੀ ਦਾ ਕਰਦੇ ਆ? ਮੁੱਲ ਦੇ ਵੀਰ ਜੀ ਇਹੋ ਜਿਹੀ ਝੋਟੀਆਂ ਦਾ 100-200 ਵੀ ਕਰੀ ਜਾਂਦੇ ਜੀ। ਹਾਂ ਬਿਲਕੁਲ ਜੀ, ਹਾਂਜੀ, ਅਤੇ ਬਾਕੀ ਆਪਾਂ 85 ਹੋ ਵੀਰ ਜੀ ਛੋਟ ਛਾਪਾ ਕਰ ਦਾਂਗੇ। 85,000 ਚੋਂ? ਹਾਂਜੀ ਛੋਟ ਛਾਪਾ ਹੀ ਹੋ। ਹਾਂਜੀ ਠੀਕ ਹੈ ਜੀ, ਹਾਂਜੀ 85,000 ਦੇ ਵਿੱਚੋਂ ਦੋਸਤੋ ਝੋਟੀ ਦਾ ਵੀਰਾਂ ਦਾ ਵੀ ਛੋਟ ਛਾਪਾ ਕਰ ਦਿਆਂਗੇ। ਸੋ ਝੋਟੀ ਚੰਗੀ ਹੈ, ਜ਼ਿਆਦਾ ਨਹੀਂ ਆਪਾਂ ਕਹਿੰਦੇ, ਚਲੋ 9-10 ਲੀਟਰ ਤੋਂ ਇਹਨੂੰ ਕੀ ਜਾਂਦਾ ਐਡੀ ਝੋਟੀ ਨੂੰ? ਬਾਕੀ ਦੁੱਧ ਵੀਰ ਜੀ 11 ਕਿਲੋ 10-11 ਕਿਲੋ ਆਰਾਮ ਨਾਲ ਚਵਾ ਜੂਗੀ, ਬਾਕੀ ਸੇਵਾ 'ਤੇ ਆ ਜੀ। ਬਸ ਸਟਾਰਟਿੰਗ ਤੁਹਾਡੇ ਕੋਲ ਹੋਈ ਹੈ ਵੀ ਚੰਗੀ ਸਟਾਰਟਿੰਗ ਆ। ਹਾਂਜੀ, ਬਾਕੀ ਚੋਣ ਨਹੀਂ ਮਾੜੀ, ਠੀਕ ਹੈ, ਇੱਕ ਨੰਬਰ ਜੀ। ਅੱਛਾ ਜਤਿੰਦਰ ਵੀਰੇ, ਬੱਚਾ ਛੱਡਦੇ ਸਾਰ ਜਿਵੇਂ ਮਿਲਣ ਮੁਲਣ ਵਿੱਚ ਮਿੱਠੀ ਆ, ਮੈਂ ਇਹਨਾਂ ਨਾ ਵੀਰ ਜੀ 1 ਦਿਨ ਵੀ ਨਹੀਂ ਇਹਨੇ ਲੱਤ ਉੱਟ ਕੇ ਵੇਖੀ ਜੀ। ਠੀਕ ਆ ਜੀ, ਹਾਂਜੀ ਲਓ ਵੀ ਦੋਸਤੋ ਝੋਟੀ ਪੂਰੀ ਭਰੋਸੇਯੋਗ ਆ, ਤਸੱਲੀ ਵਾਲੀ ਆ। ਠੀਕ ਆ, ਸੋ ਕੋਈ ਵੀਰ ਆਪਦੀ ਨਰਕ ਪਰਖ ਕਰ ਲਏ, ਤਸੱਲੀ ਕਰ ਲਏ। ਜਿਹੜਾ ਕੋਈ ਵੀਰ ਕੋਈ ਔਨਲਾਈਨ ਖਰੀਦ ਰਿਹਾ, ਤੁਸੀਂ ਵੀਡੀਓ ਕਾਲ 'ਤੇ ਵੀ ਆਪਦੀ ਤਸੱਲੀ ਕਰ ਸਕਦੇ ਜੀ। ਠੀਕ ਆ, ਅਤੇ ਸ਼ਕੀਨੀ ਵਾਲੇ ਪਾਸੇ ਵੀ ਪੂਰੀ ਐਂਡ ਚੀਜ਼ ਆ, ਜ਼ਰੂਰ ਪਸੰਦ ਆਊਗੀ ਜਿਹੜੇ ਵੀਰ ਕੋਈ ਇਹੋ ਜਿਹਾ ਪਸ਼ੂ ਖਰੀਦਣ ਦੇ ਚਾਹਵਾਨ। ਠੀਕ ਆ,
ਤੇ ਇਸ ਤੋਂ ਬਾਅਦ ਆਪਣੇ ਕੋਲ ਆਹ ਝੋਟੀ ਆ ਗਈ ਹੈ ਜੀ ਇੱਕ। ਹਾਂਜੀ ਵੀਰ ਜੀ, ਇਹ ਆਪਾਂ ਪਿਛਲੀ ਵੀਡੀਓ ਜੀ ਪਾਈ ਵੀਰ ਜੀ। ਅੱਛਾ ਜੀ, ਇਹ ਥੋੜ੍ਹੇ ਨਾ ਚਲੋ ਸੌਦਾ ਹੋਣ ਡਿਆ ਬੰਦਿਆਂ ਨਾਲ, ਅਤੇ ਉਹਨਾਂ ਆਣ ਕੇ ਇੱਥੋਂ ਕਹਿੰਦੇ ਇੱਥੇ ਆਣ ਕੇ ਜੋ ਕੇ ਸੌਦਾ ਕਰਾਂਗੇ। ਹਾਂਜੀ ਹਾਂਜੀ, ਇਹ ਜਿੱਦਾਂ ਵੀਡੀਓ ਪਾਈ ਉਹ ਤੋਂ ਇੱਕ ਦੋ ਦਿਨ ਬਾਅਦ ਸੂਪੀ ਸੀ। ਅੱਛਾ ਜੀ, ਅਤੇ ਇਹ ਮਤਲਬ ਕਿ ਝੋਟੀ ਹੋ ਗਈ ਥੋੜ੍ਹੀ ਡਾਊਨ। ਅੱਛਾ ਅੱਛਾ ਅੱਛਾ, ਹਾਂਜੀ, ਅਤੇ ਉਹਦਾ ਕਰਕੇ ਫਿਰ ਆਪਾਂ ਉਹਨਾਂ ਨੂੰ ਮਨਾ ਕਰਤਾ ਇਹ। ਅੱਛਾ ਹਾਂਜੀ, ਉਹ ਤੋਂ ਆਪਾਂ ਗੱਬਣ ਪਾਈ ਸੀ। ਹਾਂਜੀ ਗੱਬਣ ਪਾਈ। ਹਾਂ ਹਾਂਜੀ, ਹੋ ਵੀ 8-10 ਕੁ ਦਿਨ ਹੀ ਗਏ। ਇਹ 8 ਕੁ ਦਿਨ ਹੋਏ ਜੀ, 8 ਕੁ ਦਿਨ ਹੋ ਗਏ। ਹਾਂਜੀ, 8-9 ਕੁ ਦਿਨ ਦਾ ਸਮਾਂ ਹੋ ਗਿਆ। ਹਾਂਜੀ, ਤੇ ਬੱਚਾ ਹੀ ਹੁਣ ਮਗਰ ਕੀ ਆ ਗਿਆ? ਮਗਰ ਕੱਟੀ ਜੀ, ਕੱਟੀ ਮਗਰ। ਹਾਂਜੀ, ਤੇ ਦੂਜਾ ਸੂਆ ਸੂਈ ਸੀ? ਦੂਜਾ ਹਾਂਜੀ, ਦੂਜਾ ਸੂਆ ਜੀ। ਮਤਲਬ ਕਿ ਸੌਣ ਤੋਂ ਪਹਿਲਾਂ ਸੌਦਾ ਹੋ ਗਿਆ ਸੀ, ਦੋ ਝੋਟੀਆਂ ਪਾਈਆਂ ਸੀ ਉਹਦੇ ਆਪਾਂ। ਹਾਂਜੀ ਹਾਂਜੀ, ਇੱਕ ਤਾਂ ਵੇਗੀ ਆ, ਇੱਕ ਤੇ ਉਦਣ ਵੇਗੀ ਸੀ ਵੀਰ ਜੀ, ਇੱਕ ਇਹ ਵੀ ਸੌਦਾ ਹੋ ਗਿਆ ਸੀਗਾ। ਦੇਖੋ ਟੈਂਪਰੇਚਰ ਤੁਸੀਂ ਆਖਿਆ ਬੁਖਾਰ ਬੁਖਾਰ। ਹਾਂਜੀ ਹਾਂਜੀ ਹਾਂਜੀ, ਉਹਦੇ ਕਰਕੇ ਤੁਸੀਂ ਆਪ ਹੀ ਉਹਨਾਂ ਨੂੰ ਨਾ ਕਰਤੇ। ਹਾਂਜੀ, ਕਿਉਂਕਿ ਆਪਾਂ ਡੰਗਰ ਸਾਫ਼ ਸੁਥਰਾ ਦੇਣਾ, ਜੇ ਉਹਨਾਂ ਨੂੰ ਬਿਮਾਰ ਦੇਣ ਦੇ ਕੋਈ ਫਾਇਦਾ ਨਹੀਂ ਵੀਰ ਜੀ। ਬਿਲਕੁਲ ਜੀ ਬਿਲਕੁਲ। ਲਓ ਵੀ ਦੋਸਤੋ, ਝੋਟੀ ਦੂਜਾ ਸੂਬਾ ਸੂਈ ਆ, ਬੱਲਾ ਮੱਥਾ ਬਿੱਲੀ ਮਣਕੀ ਆਖਾਂ ਇਹਦੀ ਵੀ, ਅਤੇ ਮਗਰਲੇ ਪੈਰ ਧੋਤੇ ਆ, ਠੀਕ ਆ ਜੀ। ਅਤੇ ਸੂਈ ਨੂੰ ਕੋਈ 8-10 ਕੁ ਦਿਨ ਦਾ ਜਿਹੜਾ ਆਈਡੀਆ ਤੁਸੀਂ ਮੰਨ ਸਕਦੇ ਜੀ। ਮਗਰ ਕੱਟੀ ਆ ਫੀਮੇਲ ਕਾਫ, ਇਸ ਝੋਟੀ ਦੇ ਥੱਲੇ ਬੱਚਾ ਜਿਹੜਾ ਮਗਰ ਕੱਟੀ ਆ। ਅੱਛਾ, ਦੁੱਧ ਹੁਣ ਕਿੰਨੇ ਕਿਤੇ ਚੱਲਦੀ ਹੈ ਜੀ? ਦੁੱਧ ਵੀਰ ਜੀ ਬਖਾਵਾ ਦੇ ਚਲੋ 12-13 ਕਿਲੋ ਦਾ ਹੀ ਆ। ਹਾਂਜੀ, ਜਿਹੜਾ ਠੰਡਾ ਕਰਕੇ ਦੁੱਧ 10-11 ਕਿਲੋ ਦੇ ਵਿੱਚ ਹੋਊਗਾ ਜੀ। 10 ਕੁ ਕਿਲੋ ਜਿਹੜਾ ਆਪਾਂ ਚਵਾ ਦਾਂਗੇ। ਹਾਂਜੀ ਹਾਂਜੀ, ਠੀਕ ਹੈ ਵੀਰ। 10 ਕਿਲੋ ਦੋਸਤੋ ਜਿਹੜਾ ਦੁੱਧ ਬਿਲਕੁਲ ਠੰਡਾ ਕਰਕੇ ਜਿਹੜਾ ਤੁਸੀਂ ਚੋ ਲੈਣਾ, ਠੀਕ ਆ। ਹਾਂਜੀ, ਅਤੇ ਬਾਕੀ ਥਾਣ ਥੂਣ ਵੇਖੋ, ਠੀਕ ਆ। ਬਾਕੀ ਚੋਣ ਜਾਣਵੀਆਂ ਨੇ ਇੱਕ ਨੰਬਰ ਪੋਲੀ ਜੇ, ਠੀਕ ਆ ਜੀ। ਹਾਂਜੀ, ਆਹ ਦੇਖੋ, ਠੀਕ ਆ। ਸੋ ਵਿਰਲ ਚੰਗੀ ਆ, ਥਣ ਭਾਂਡਾ ਚੰਗਾ, ਮਗਰ ਕੱਟੀ ਫੀਮੇਲ ਕਾਫ ਆ, ਆਹ ਬੈਠੀ ਤੁਸੀਂ ਦੇਖ ਸਕਦੇ ਜੀ, ਠੀਕ ਆ। ਆਹ ਮਗਰ ਕੱਟੀ ਬੈਠੀ ਹੈ, ਲਓ ਜੀ, ਠੀਕ ਆ। ਅਤੇ ਬਿਲਕੁਲ ਨਵੇਂ ਬੱਚੇ ਆ, ਇੱਕ ਤਾਂ 6-7 ਦਿਨਾਂ ਦੀ ਝੋਟੀ ਦੇ ਥੱਲੇ ਬੱਚਾ ਦਿਖਾਤਾ, ਇੱਕ 9-10 ਦਿਨਾਂ ਦਾ ਤੁਸੀਂ ਬੱਚਾ ਮੰਨ ਸਕਦੇ ਜੀ। ਹਾਂਜੀ, ਅਤੇ ਜਤਿੰਦਰ ਵੀਰ, ਕਿੰਨਾ ਕੁ ਮੁੱਲ ਇਸ ਝੋਟੀ ਦਾ ਹੁਣ? ਕਿੰਨੀ ਹੁਣ ਕੀ ਕਰਦੇ ਹਾਂ? ਪਿਛਲੀ ਵਾਰੀ ਆਪਾਂ ਕਿੰਨਾ ਕੁ ਮੁੱਲ ਕਰਿਆ ਸੀਗਾ? ਪਿਛਲੀ ਵਾਰ ਵੀਰ ਜੀ 82,000 ਕੀਤਾ ਸੀ। ਅੱਛਾ ਜੀ, ਗੱਬਣ ਦਾ? ਹਾਂਜੀ ਗੱਬਣ ਦਾ, ਠੀਕ ਆ। ਅਤੇ ਚਲੋ ਆਪਾਂ ਜ਼ਿਆਦਾ ਨਹੀਂ 80,000 ਦਾ ਕਰਦੇ ਮੁੱਲ। ਹਾਂਜੀ, ਅਤੇ ਉਹਦੇ ਵੀਰ ਜੀ 3,000 ਰੁਪਈਆ ਛੱਡ ਦਾਂਗੇ। 77 ਦੀ? ਹਾਂਜੀ 77 ਦੀ, ਹਾਂ ਨਾ ਜੀ, ਉਹ 'ਚ 200 ਰੁਪਈਆ ਛੋੜ ਹੀ ਨਹੀਂ ਜੀ। ਠੀਕ ਹੈ ਜੀ, ਹਾਂਜੀ, ਲਿਓ ਵੀਰ ਜੀ, ਤੋਰ ਦਈਏ ਵੀ, ਲਓ। ਸੋ ਦੋਸਤੋ, ਪਿਛਲੀ ਵੀਡੀਓ ਦੇ ਵਿੱਚ ਵੀ ਇਹ ਝੋਟੀ ਤੁਹਾਨੂੰ ਦਿਖਾਈ ਸੀਗੀ, ਗੱਬਣ ਝੋਟੀ ਸੀਗੀ। ਚਲੋ ਹੁਣ ਇਹ ਵਾਧੇ ਬੰਦੀ ਹੈ ਵੀ ਹੁਣ ਸੂਫੀ ਆ, ਠੀਕ ਆ, ਮਗਰ ਵੀ ਕੱਟੀ ਆ, ਫੀਮੇਲ ਕਾਫ ਆ, 10+ ਵੈਸੇ ਦੁੱਧ ਆ, ਪਰ 10 ਕਿਲੋ ਮੰਨ ਕੇ ਕੋਈ ਵੀਰ ਸੌਦਾ ਕਰ ਲਏ, ਕਿਉਂਕਿ 10 ਕਿਲੋ ਤੁਸੀਂ ਜਿਹੜਾ ਠੰਡਾ ਕਿਸੇ ਵੀਰ ਨੇ ਆਣ ਕੇ ਚਵਾਈ ਕਰ ਲੈਣੀ, ਠੀਕ ਆ। ਔਨਲਾਈਨ ਖਰੀਦੇ ਪਏ ਜੇ ਤਾਂ ਵੀ ਤੁਸੀਂ 10 ਕਿਲੋ ਮੰਨ ਕੇ ਸੌਦਾ ਕਰ ਲਿਓ, ਠੀਕ ਆ। ਸੋ ਥਣ ਭਾਂਡਾ ਜਿਹੜਾ ਤੁਹਾਨੂੰ ਦਿਖਾਉਣੇ ਆ, ਆਹ ਕਰੋ ਚੈੱਕ। ਥੋੜ੍ਹਾ ਜਿਹਾ ਜਤਿੰਦਰ ਵੀਰੇ ਹੋਰ ਆਉਣ ਦਮਾ ਤੋਰ ਦਿਓ ਜੀ, ਲਓ ਵੀਰ ਜੀ, ਤੋਰ ਦਿਓ ਕੋਈ, ਆਹ ਲਓ। ਸੋ ਚੁਆ ਪਸਮਾ ਚੰਗਾ ਭੂਰ ਛੱਟਾ ਕੋਈ? ਨਾ ਨਾ ਵੀਰ ਜੀ, ਲਓ ਜੀ, ਠੀਕ ਆ। ਲਓ ਵੀ ਦੋਸਤੋ, ਠੀਕ ਆ। ਸੋ ਝੋਟੀ ਚੰਗੀ ਆ ਦੋਸਤੋ, ਠੀਕ ਆ, ਜ਼ਰੂਰ ਤੁਸੀਂ ਹੱਥ ਕੋਈ ਵੀਰ ਪਾ ਸਕਦਾ। ਮਗਰ ਕੱਟੀ ਫੀਮੇਲ ਕਾਫ ਆ, 77,000 ਦੀ ਜੈਸ ਨੂੰ, ਠੀਕ ਆ। ਸੋ ਹੋਰ ਵੀ ਮੌਕੇ 'ਤੇ ਥੋੜ੍ਹਾ ਬਹੁਤਾ ਕੋਈ ਲੈਸ, ਕੋਈ ਮਾਣ ਤਾਣ ਹੋਇਆ, ਕੋਈ ਛੋਟ ਛਾਪੇ 'ਤੇ ਕੋਈ ਗੁੰਜਾਇਸ਼ ਹੋਈ, ਉਹ ਜ਼ਰੂਰ ਕਰ ਦਿੱਤੀ ਜਾਊਗੀ। ਜਿਹੜਾ ਵੀ ਕੋਈ ਵੀਰ ਪਸ਼ੂ ਜਿਹੜੇ ਇਹਨੂੰ ਵੀ ਹੱਥ ਪਾਓਗੇ ਤੁਸੀਂ, ਉਹਦੇ ਵਿੱਚੋਂ ਮਾਣ ਤਾਣ ਜ਼ਰੂਰ ਹੋ ਜਾਊਗਾ, ਠੀਕ ਆ। ਸੋ ਕਾਫੀ ਸੋਹਣੇ ਪਸ਼ੂ ਆ, ਚੰਗੇ ਨੇ, ਥਣ ਦੇ ਵੇ, ਭਾਂਡੇ ਦੇ ਕਾਫੀ ਸਾਫ਼ ਨੇ।
ਇੱਕ ਗੱਬਣ ਤੁਹਾਨੂੰ ਇਹ ਮੱਝ ਦਿਖਾਤੀ ਆ, ਇਹ ਵੀ ਚੰਗੀ ਆ। ਬਾਕੀ ਦੋ ਸੂਈਆਂ ਸਵਾਈਆਂ ਜਿਹੜੇ ਵੀਰ ਨੇ ਖਰੀਦਣੀਆਂ ਉਹਨਾਂ ਤੁਸੀਂ ਉਹਨਾਂ ਵਿੱਚੋਂ ਦੋਵਾਂ ਦੇ ਵਿੱਚੋਂ ਸਿਲੈਕਟ ਕਰ ਸਕਦੇ ਜੀ, ਠੀਕ ਆ। ਅਤੇ ਜਤਿੰਦਰ ਵੀਰੇ ਨੰਬਰ ਆਪਣੇ ਜ਼ਰੂਰ ਬੋਲ ਦੇਈਏ, 99147-1238, ਠੀਕ ਹੈ ਜੀ। ਸੋ ਫਿਲਹਾਲ ਇਹ ਤਿੰਨ ਪਸ਼ੂ ਸੀ ਆਪਣੇ ਕੋਲ। ਹਾਂਜੀ ਹਾਂਜੀ, ਤਿੰਨ ਹੀ ਵੀਰ ਜੀ, ਠੀਕ ਹੈ ਜੀ। ਹਾਂਜੀ, ਸੋ ਤਿੰਨ ਪਸ਼ੂ ਦੋਸਤੋ ਬਿਲਕੁਲ ਤੁਹਾਨੂੰ ਦਿਖਾਤੇ ਆ, ਠੀਕ ਆ। ਨੰਬਰ ਆਪਾਂ ਬਿਲਕੁਲ ਵੀਡੀਓ 'ਤੇ ਚੱਲਦੇ ਕਰ ਦੇਣੇ ਆ, ਨੰਬਰਾਂ 'ਤੇ ਤੁਸੀਂ ਕਾਲ ਕਰ ਸਕਦੇ ਜੇ, ਗੱਲਬਾਤ ਕਰ ਸਕਦੇ ਹੋ। ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ। ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।